ਪਿਛਲੇ ਦਿਨੀ ਬਠਿੰਡਾ ਦੇ ਚੀਰਮੈਨਾਂ ਦਾ ਬਠਿੰਡਾ ਦੇ ਟ੍ਰੈਫਿਕ ਇੰਚਾਰਜ ਨਾਲ ਕਾਫੀ ਮਾਮਲਾ ਚੱਲਿਆ ਮਾਮਲਾ ਇਹ ਸੀ ਕਿ ਬਠਿੰਡਾ ਦੇ ਚੀਰਮੈਨੇ ਚਾਹੁੰਦੇ ਸਨ ਕਿ ਜਿਸ ਚੌਕ ਵਿੱਚ ਦੀ ਅਸੀਂ ਲੰਘਿਆ ਕਰੀਏ ਉਸ ਚੌਕ ਵਿੱਚੋਂ ਸਾਨੂੰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਰਸਤਾ ਦਵਾਇਆ ਕਰਨ ਸਲੂਟ ਮਾਰਿਆ ਕਰਨ ਤੇ ਸਾਨੂੰ ਵੀ ਆਈਪੀ ਵਾਲੀ ਜਿਹੜੀ ਆ ਉਹ ਫੀਲਿੰਗ ਦਵਾਇਆ ਕਰਨ ਜਿਸ ਤੇ ਇੱਕ ਆਡੀਓ ਵਾਇਰਲ ਹੁੰਦੀ ਆ ਆਡੀਓ ਵਾਇਰਲ ਹੋਣ ਤੋਂ ਬਾਅਦ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੂੰ ਜਿਹੜੇ ਬਠਿੰਡਾ ਸਿਟੀ ਦੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਬਦਲੀ ਕਰਕੇ ਪੁਲਿਸ ਲਾਈਨ ਦੇ ਵਿੱਚ ਭੇਜਿਆ ਜਾਂਦਾ ਹੈ ਮਾਮਲਾ ਕਾਫੀ ਤੁਰ ਫੜਦਾ ਹੈ ਮਾਮਲੇ ਦੇ ਕਾਫੀ ਚਰਚਾ ਹੁੰਦੀ ਹੈ ਪਰ ਬਲੀ ਦਿੱਤੀ ਜਾਂਦੀ ਹੈ ਟ੍ਰੈਫਿਕ ਇੰਚਾਰਜ ਦੀ ਪਰ ਬਠਿੰਡਾ ਦੇ ਐਸਐਸਪੀ ਨਵੇਂ ਆਏ ਐਸਐਸਪੀ ਹਰਮਨ ਵੀਰ ਸਿੰਘ ਜਿਹੜੇ ਕਿ ਕਾਫੀ ਚਰਚਿਤ ਨੇ ਜਿਨ੍ਹਾਂ ਦੀਆਂ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੀ ਸਖਤੀ ਨੂੰ ਦੇਖਦੇ ਹੋਏ ਮੁਲਾਜ਼ਮ ਵੀ ਥਰ-ਥਰ ਕੰਮ ਰਏ ਨੇ ਉਹਨਾਂ ਵੱਲੋਂ ਉਸੇ ਉਸੇ ਅਮਰੀਕ ਸਿੰਘ ਨੂੰ ਮੋੜ ਤੋਂ ਬਠਿੰਡਾ ਸਿਟੀ ਦਾ ਟ੍ਰੈਫਿਕ ਇੰਚਾਰਜ ਲਗਾਇਆ ਗਿਆ ਜਿਸ ਤੋਂ ਬਾਅਦ ਬਠਿੰਡਾ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਬਠਿੰਡਾ ਵਾਸੀਆਂ ਦਾ ਇਹ ਕਹਿਣਾ ਹੈ ਕਿ ਏ ਐਸ ਐਸ ਪੀ ਨੇ ਸਾਡੇ ਮਨ ਦੀਆਂ ਕੀਤੀਆਂ ਆ ਸਾਡੇ ਬਠਿੰਡਾ ਦੇ ਵਿੱਚ ਜਿਹੜੀ ਪੁਲਿਸ ਹੁਣ 24 ਘੰਟੇ ਵਾਂਗੂ ਤਾਇਨਾਤ ਰਹਿੰਦੀ ਹੈ ਕੋਈ ਬਠਿੰਡਾ ਦੀ ਸੜਕ ਨਹੀਂ ਜਿੱਥੇ ਪੁਲਿਸ ਨਾ ਹੋਵੇ ਕੋਈ ਬਠਿੰਡਾ ਦਾ ਮਹੱਲਾ ਨਹੀਂ ਜਿੱਥੇ ਪੀ ਸੀ ਆਰ ਨਾ ਘੁੰਮਦੀ ਹੋਵੇ ਜਦੋਂ ਤੋਂ ਏ ਐਸ ਐਸ ਪੀ ਆਏ ਨੇ ਅਫਸਰਾਂ ਦੇ ਵੀ ਭਾਦੀ ਬਣੀ ਹੋਈ ਹੈ ਤੇ ਜਿਹੜੇ ਕ੍ਰਾਈਮਨਲ ਹੈ ਉਹਨਾਂ ਦੇ ਵੀ ਬੀਤੇ ਦਿਨ ਜਿਹੜੇ ਅਸੀਂ ਦੇਖਿਆ ਕਿ ਇੱਕ ਇਨਕਾਊਂਟਰ ਵੀ ਕੀਤਾ ਇੱਕ ਲੁਟੇਰੇ ਦਾ ਇਨਕਾਊਂਟਰ ਵੀ ਕੀਤਾ ਉਹਦੇ ਪੈਰ 'ਚ ਗੋਲੀ ਵੀ ਮਾਰੀ ਹੈ ਮੁਕਾਬਲਾ ਹੋਇਆ ਪੁਲਿਸ ਨਾਲ ਤਾਂ ਬਜਵਾਬੀ ਦੇ ਕਾਰਵਾਈ ਦੇ ਵਿੱਚ ਉਹਨਾਂ ਨੇ ਜਿਹੜੀ ਮਲਜ਼ਮ ਸੀ ਉਹਦੇ ਪੈਰ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਕਾਬੂ ਕਰ ਲਿਆ ਇਹ ਦਿਸ਼ਾ ਨਿਰਦੇਸ਼ ਐਸਪੀ ਐਸਐਸਪੀ ਸਾਹਿਬ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਜੇ ਕੋਈ ਕ੍ਰਿਮੀਨਲ ਤਾਂ ਉਹਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਉਹ ਬਠਿੰਡਾ ਦੇ ਵਿੱਚ ਵਾਰਦਾਤ ਨਹੀਂ ਕਰ ਸਕਦਾ ਉਹ ਬਠਿੰਡਾ ਦੇ ਨਾਕੇ ਵੇਖ ਕੇ ਮੁੜ ਜਾਵੇ ਪਰ ਫਿਰ ਵੀ ਜੇ ਕੋਈ ਆਉਂਦਾ ਤਾਂ ਤੁਸੀਂ ਗਿੱਟੇ 'ਚ ਗੋਲੀ ਮਾਰੋ ਜਿਵੇਂ ਮਰਜ਼ੀ ਮਾਰੋ ਮੈਨੂੰ ਗੈਂਗਸਟਰ ਤੇ ਸਮਾਜ ਨੂੰ ਤਾਂ ਕਰਨ ਵਾਲੇ ਕੋਈ ਪਰੇਸ਼ਾਨ ਕਰਨ ਵਾਲੇ ਤੱਤ ਇੱਥੇ ਨਹੀਂ ਚਾਹੀਦੇ ਕੋਈ ਇਨਸਾਨ ਅਜਿਹਾ ਇੱਥੇ ਨਹੀਂ ਚਾਹੀਦਾ ਜਿਹੜਾ ਲੋਕਾਂ ਨੂੰ ਰਹਿਣ ਸਹਿਣ ਦੇ ਵਿੱਚ ਵਿਘਨ ਪਾਵੇ ਲੋਕਾਂ ਦੀ ਸੁਖ ਸ਼ਾਂਤੀ ਦੇ ਵਿੱਚ ਵਿਘਨ ਪਾਵੇ ਤਾਂ ਉਸੇ ਚੱਲਦੇ ਉਹਨਾਂ ਨੇ ਉਹ ਵੀ ਕੰਮ ਕੀਤਾ ਪਰ ਸਭ ਤੋਂ ਵੱਡੀ ਜਿਹੜੀ ਗੱਲ ਕੀਤੀ ਹੈ ਉਹ ਹੀ ਕੀਤੀ ਹੈ ਕਿ ਜਿਹੜੇ ਚੇਅਰਮੈਨਾਂ ਨੇ ਕਰਕੇ ਇੱਕ ਟ੍ਰੈਫਿਕ ਇੰਚਾਰਜ ਦੀ ਬਦਲੀ ਹੋਈ ਸੀ ਜਿਹਦੇ ਕਾਫੀ ਲੋਕ ਚੰਗਾ ਜਾਂ ਸਮਾਜ ਸੇਵੀ ਤੌਰ ਤੇ ਵੀ ਟ੍ਰੈਫਿਕ ਇੰਚਾਰਜ ਨੂੰ ਦੇਖਦੇ ਸੀ ਉਸ ਨੂੰ ਮੁੜ ਬਹਾਲ ਕਰਕੇ ਟ੍ਰੈਫਿਕ ਇੰਚਾਰਜ ਬਠਿੰਡਾ ਸਿਟੀ ਲਗਾ ਦਿੱਤਾ ਗਿਆ ਤਾਂ ਕਿ ਇਹ ਗੱਲ ਇੱਥੋਂ ਇੱਕ ਸਪਸ਼ਟ ਵੀ ਹੁੰਦੀ ਹੈ ਕਿ ਇਸ ਅਫਸਰ ਦੀ ਨਿਰਪੱਖਤਾ ਜਾਂ ਜਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ ਇਸ ਤੋਂ ਸਿੱਧ ਹੁੰਦਾ ਹੈ ਕਿ ਕੋਈ ਸਿਆਸੀ ਦਬਾਅ ਨਹੀਂ ਕਿਸੇ ਤਰੀਕੇ ਦੀ ਪਰਵਾਹ ਨਹੀਂ ਕਰ ਰਿਹਾ ਨਹੀਂ ਤਾਂ ਉਸ ਇਨਸਾਨ ਨੂੰ ਦੁਬਾਰਾ ਟ੍ਰੈਫਿਕ ਇੰਚਾਰਜ ਲਗਾਉਣਾ ਜਿਸਤੇ ਕਿ ਚੇਅਰਮੈਨਾਂ ਤੇ ਜਿਸ ਤੋਂ ਬਾਅਦ ਚੇਅਰਮੈਨਾਂ ਤੇ ਸਵਾਲ ਖੜੇ ਹੋਏ ਜਿਹੜੀ ਆਡੀਓ ਤੋਂ ਬਾਅਦ ਚੇਅਰਮੈਨਾਂ ਤੇ ਸਵਾਲ ਖੜੇ ਹੋਏ ਇਹ ਬਹੁਤ ਔਖਾ ਕੰਮ ਸੀ ਪਹਿਲਾਂ ਵਾਲੇ ਐਸਐਸਪੀ ਦੁਬਾਰਾ ਇਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਨਵੇਂ ਐਸਐਸਪੀ ਵੱਲੋਂ ਮੋੜ ਉਹਨਾਂ ਨੂੰ ਹੀ ਚਾਰਜ ਦੇ ਦੇਣਾ ਮੋੜ ਉਹਨਾਂ ਨੂੰ ਇੰਚਾਰਜ ਲਗਾ ਦੇਣਾ ਇਹ ਕਾਫੀ ਚੰਗਾ ਸਨੇਹ ਹੈ ਉਹਨਾਂ ਸਾਰੇ ਲੋਕਾਂ ਲਈ ਜਿਹੜੇ ਪੋਲੀਟਿਕਲ ਪ੍ਰੈਸ਼ਰ ਬਣਾ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕਰਦੇ ਆ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੇ ਕੰਮਾਂ 'ਚ ਵਿਘਨ ਪਾਉਂਦੇ ਆ ਤੇ ਨਾਲ ਹੀ ਆਮ ਲੋਕਾਂ ਨੂੰ ਵੀ ਸੁਨੇਹਾ ਹੈ ਕਿ ਜੇ ਤੁਹਾਡਾ ਐਸਐਸਪੀ ਸਹੀ ਹੈ ਜੇ ਤੁਹਾਡਾ ਐਸਐਸਪੀ ਦਮ ਰੱਖਦਾ ਹੈ ਤਾਂ ਫਿਰ ਕੋਈ ਏਡੀ ਗੱਲ ਵੀ ਨਹੀਂ ਜਿਹੜਾ ਸਹੀ ਕੰਮ ਕਰਦਾ ਉਹਨਾਂ ਨੇ ਕਿਹਾ ਵੀ ਸੀ ਕਿ ਜਿਹੜਾ ਸਹੀ ਕੰਮ ਕਰੇਗਾ ਉਹਨੂੰ ਇਨਾਮ ਵੀ ਮਿਲੇਗਾ ਉਹਨੂੰ ਚੰਗੀਆਂ ਪ੍ਰੋਮੋਸ਼ਨਾਂ ਵੀ ਦਿਵਾਊਗਾ ਪਰ ਜਿਹੜਾ ਗਲਤ ਕੰਮ ਕਰੇਗਾ ਅਫਸਰ ਉਹਨੂੰ ਫਿਰ ਖੁੱਡੇ ਲੈਣ ਵੀ ਲਗਾਇਆ ਜਾਵੇਗਾ ਤਾਂ ਇਸੇ ਤਰੀਕੇ ਦੀਆਂ ਜਿਸ ਤਰੀਕੇ ਨਾਲ ਬਠਿੰਡਾ ਦੇ ਐਸਐਸਪੀ ਕੰਮ ਕਰ ਰਹੇ ਵੱਡੇ ਪੱਧਰ ਤੇ ਉਹਨਾਂ ਦੇ ਕੰਮਾਂ ਦੀ ਚਰਚਾ ਹੈ ਤੇ ਸਭ ਤੋਂ ਵੱਡੀ ਚਰਚਾ ਉਹਨਾਂ ਨੇ ਛੇੜੀ ਹੈ ਜਿਹੜਾ ਮੁਰ ਤੋਂ ਅਮਰੀਕ ਸਿੰਘ ਨੂੰ ਦੁਬਾਰਾ ਵਟਿੰਡਾ ਸਿਟੀ ਦਾ ਟ੍ਰੈਫਿਕ ਇੰਚਾਰਜ ਲਗਾਇਆ ਗਿਆ ਹੈ